ਕਿਊਬਿਕ ਨੇ ਕੁਛ ਤਬਦੀਲੀਆਂ ਕੀਤੀਆਂ ਆਪਣੀਆਂ PR ਪਾਲਿਸੀਜ਼ ਦੇ ਵਿੱਚ। ਅੱਜ ਸਾਰਿਆਂ ਨੂੰ ਜਾਣਨਾ ਬਹੁਤ ਜ਼ਰੂਰੀ ਹੈ ਕਿ ਕਿਹੜੇ ਕਿਹੜੇ ਆਧਾਰ ਦੇ ਉੱਪਰ ਹੁਣ ਕੈਨੇਡਾ ਜਿਹੜਾ ਹੈਗਾ ਸੀ PR ਤੌਰ 'ਤੇ ਜਾ ਸਕਦੇ ਹਾਂ। CWC 'ਤੇ ਮੇਰੇ ਨਾਲ ਨੇ ਕਮਲਪ੍ਰੀਤ ਖਹਿਰਾ ਜੀ। ਖਹਿਰਾ ਸਾਹਿਬ, ਸਵਾਗਤ ਸਭ ਤੋਂ ਪਹਿਲਾਂ। ਥੈਂਕ ਯੂ। ਥੋੜ੍ਹਾ ਜਿਹਾ ਮੈਂ ਚਾਹੂੰਗਾ ਚਾਨਣਾ ਪਾਓ ਸਾਡੇ ਪੰਜਾਬ ਦਾ ਯੂਥ ਜਿਹੜਾ ਹੈਗਾ ਹੁਣ ਕਿਵੇਂ ਕੈਨੇਡਾ ਦੇ ਵਿੱਚ, ਖਾਸ ਕਰ ਕਿਊਬਿਕ ਦੇ ਵਿੱਚ ਪੱਕੇ ਤੌਰ 'ਤੇ ਜਾ ਸਕਦਾ ਔਰ ਕੌਣ ਜਾ ਸਕਦਾ। ਸੰਤ ਸਾਹਿਬ, ਕਿਊਬੈਕ ਦੇ ਵਿੱਚ ਜਿਹੜਾ ਰੀਸੈਂਟਲੀ ਚੇਂਜ ਆਇਆ, ਉਹਨਾਂ ਨੇ ਪ੍ਰੋਸੈਸਿੰਗ ਆਪਣੀ ਬਦਲ ਕੇ ਜਿਹੜੀ ਹੈਗੀ ਆ ਔਨਲਾਈਨ ਕਰ ਦਿੱਤੀ ਗਈ ਐਕਸਪ੍ਰੈਸ ਇੰਟਰਵਿਊ ਦੇ ਰਾਹੀਂ। ਇਸ ਦੇ ਵਿੱਚ ਪੁਆਇੰਟ ਸਿਸਟਮ 'ਚ ਚੇਂਜ ਆਇਆ। ਪੁਆਇੰਟ ਸਿਸਟਮ ਦੇ ਵਿੱਚ ਜਿਹੜਾ ਐਪਲੀਕੈਂਟ ਹੈ ਉਹਨੂੰ 3 ਸਟੇਜਸ ਨਹੀਂ ਕ੍ਰੋਸ ਕਰਨੀਆਂ ਪੈਣੀਆਂ, ਹੁਣ ਸਿਰਫ 2 ਸਟੇਜਸ ਕ੍ਰੋਸ ਕਰਨੀਆਂ। ਜੇ ਸਿੰਗਲ ਐਪਲੀਕੈਂਟ ਹੈ ਤਾਂ 43 ਪੁਆਇੰਟਸ ਅਤੇ ਪਲੱਸ ਜਦੋਂ ਸਿਲੈਕਸ਼ਨ ਸਰਟੀਫਿਕੇਟ ਮਿਲਣਾ 50 ਪੁਆਇੰਟਸ, ਅਤੇ ਜੇ ਉਹ ਮੈਰਿਡ ਹੈ ਤਾਂ ਉਹਨੂੰ 52 ਪੁਆਇੰਟਸ ਫਸਟ ਸਟੇਜ ਲਈ, ਸੈਕਿੰਡ ਸਟੇਜ ਲਈ 59 ਪੁਆਇੰਟਸ। ਅਤੇ ਇਸ ਦੇ ਵਿੱਚ ਸਭ ਤੋਂ ਵਧੀਆ ਗੱਲ ਸੰਧੂ ਸਾਹਿਬ ਇਹ ਆਈ ਹੈ ਕਿ ਉਹਨਾਂ ਵੀਰਾਂ ਭੈਣਾਂ ਲਈ ਬਹੁਤ ਅਟਰੈਕਟਿਵ ਹੈ ਜਿਨ੍ਹਾਂ ਦੇ ਸਿਰਫ 5 ਬੈਂਡ ਦਾ IELTS ਹੈ, ਉਹਨਾਂ ਨੂੰ ਐਕਸਪ੍ਰੈਸ ਐਂਟਰੀ ਦੀ ਰਾਹੀਂ ਤਰ੍ਹਾਂ ਉਹਨਾਂ ਨੂੰ 8777 ਸਕੋਰ ਨਹੀਂ ਕਰਨਾ ਪੈਣਾ, ਉਹਨਾਂ ਨੂੰ ਸਿਰਫ 5 ਬੈਂਡ ਦਾ IELTS ਜਿਹੜਾ ਹੋਣਾ ਪੈਣਾ ਜੀ। ਇਸ ਦੇ ਵਿੱਚ ਬਹੁਤ ਸਾਰੇ ਪ੍ਰੋਫੈਸ਼ਨਸ ਨੇ, ਉਹਨਾਂ ਦੀ ਲਿਸਟ ਹੈ ਜਿਹੜੀ ਓਪਨ ਕਰ ਦਿੱਤੀ ਗਈ ਹੈ, ਜਿਵੇਂ ਕਿ ਜਿੰਨੇ ਵੀ ਟੀਚਿੰਗ ਪ੍ਰੋਫੈਸ਼ਨ ਦੇ ਨਾਲ ਸੰਬੰਧਿਤ ਲੋਕ ਨੇ, ਇੰਜੀਨੀਅਰਿੰਗ ਪ੍ਰੋਫੈਸ਼ਨ ਦੇ ਨਾਲ, ਟ੍ਰੇਡਸ ਦੇ ਨਾਲ ਸੰਬੰਧਿਤ ਨੇ, ਚਾਹੇ ਟੂਲ ਐਂਡ ਡਾਈ ਮੇਕਰ, ਵੈਲਡਰਸ ਨੇ, ਇਸ ਦੇ ਨਾਲ ਨਾਲ MBAs ਬਿਜ਼ਨਸ ਮੈਨੇਜਮੈਂਟ BCOM ਕਰੇ ਹੋਏ ਨੇ ਉਹ ਵੀ ਐਲੀਜੀਬਲ ਨੇ, ਇਸ ਦੇ ਵਿੱਚ ਜਿਨ੍ਹਾਂ ਨੇ ਮੈਥਮੈਟਿਕਸ ਕਰੀ ਹੋਈ ਹੈ ਉਹ ਵੀ ਐਲੀਜੀਬਲ ਨੇ। ਸੋ ਲਿਸਟ ਜਿਹੜੀ ਹੈ ਬਹੁਤ ਲੰਬੀ ਹੈ ਸੰਧੂ ਸਾਹਿਬ, ਮੈਂ ਜੇ ਕਹਾਂ ਕਿ ਆਲਮੋਸਟ 5 ਬੈਂਡ ਦੇ ਨਾਲ 80% ਐਪਲੀਕੈਂਟ ਜਿਨ੍ਹਾਂ ਦੇ ਕੋਲ 4 ਸਾਲ ਦਾ ਤਜਰਬਾ ਹੈ, ਮਾਸਟਰਸ ਕਰੀ ਹੈ, ਉਹ ਪੰਜਾਬ 'ਚੋਂ ਐਲੀਜੀਬਲ ਹੋ ਰਹੇ ਨੇ। ਸੋ ਇੱਕ ਬਹੁਤ ਹੀ ਲਾਹੇਵੰਦ ਪ੍ਰੋਗਰਾਮ ਹੈ ਜਿਸ ਦੇ ਵਿੱਚ ਅੱਜ ਐਪਲੀਕੈਂਟ ਅਪਲਾਈ ਕਰੇ ਅਤੇ ਫਾਸਟ ਟਰੈਕ ਬੇਸਿਸ 'ਤੇ ਪਰਮਾਨੈਂਟ ਇਮੀਗ੍ਰੇਸ਼ਨ ਆਪਣੀ ਫੈਮਿਲੀ ਸਮੇਤ ਲੈ ਸਕਦਾ ਜੀ।